सत श्री अकाल। तुसीं देख रहे हो तख्त पंजाब। मैं तुहाडे नाल सुखिंदर सिंह, मेरे नाल उगे सिख विद्वान ते सियासी माहर डॉक्टर केएल सिंह। स्वागत है तुहाडा डॉक्टर। हाँ जी, सत श्री अकाल जी सुखविंदर जी, सत श्री अकाल। डॉक्टर साहब, होले महल्ले दा दिन है। श्री अकाल तख्त साहब दे कार्यकारी जथेदार ने जदों उत्थों संबोधन कीता तां बहुत वड्डियां गल्लां कहियां कि तुसीं केंद्र नूं संबोधित होके कहा कि सिख संस्थावां नूं कमजोर कर रहे हो, श्रोमणी कमेटी नूं तोड़िया जा रहा है, श्रोमणी कमेटी दे टोटे कर दिते गए ने जिस तरीके नाल हरियाणे दी कमेटी आ। हालांकि ये लोगों को भी पता, जिहड़ियां खबरां अपने सामने आ रही है कि राजस्थान के सिखां दी भी वक्री कमेटी दी मंग उठन लगी है। जदों हरियाणे की कमेटी मंग उठी सी उदों उत्थे कांग्रेस की सरकार सी हुड्डा साहब दी, ते हुण राजस्थान च भी मंग उठी है तां उत्थे भी कांग्रेस की सरकार है अशोक गहलोत होरां दी। चलो रही गल जथेदार साहब की, जो कुछ उन्होंने कहा कि जे तुसी इस तरीके दे नाल सिख संस्थावां दे टुकड़े कर रहे हो, कमजोर कर रहे हो, चालां खेड रहे हो, तो भारतीय जिहड़ी पार्लीमेंट है उहदे भी टुकड़े होणगे। एक अपने आप च बहुत वड्डा बयान आ, ते नाल नाल उन्होंने जो वादुआ की गल की है तो जथेदार साहब की जिहड़ी सोच है जां उहनूं लैके भी बड़े तरह के सवाल उठ रहे ने कि आखिरकार इन्ने हताश क्यों नजर आए। सुखविंदर जी, तुसीं सारे ही नुक्ते बहुत वड्डे खड़े कीते है और मैनूं लगदा है कि एक एक करके इन्हां ते आपां नूं टिप्पणी करनी चाहीदी है कि मैं भुल ना जावां। मैं एक एक कर लैण दी कोशिश करदा, जिथे भुल जां दुबारा मैनूं नुक्ता दोहरा देना, मैं कोशिश करदा जी। पहली गल ते इह है कि अज दा जिहड़ा बहुत ही पवित्र दिहाड़ा मैं मन्नदा खालसा पंथ वास्ते, इच कोई शक नहीं कि अज दा जिहड़ा होले महल्ले दा दिहाड़ा ना जी, इह खालसा पंथ दे जाहो जलाल दा इह दिहाड़ा है। और जिस तरह दी महाराज दसम पातशाह हजूर ने खालसा पंथ विच मार्शल स्पिरिट जिसनूं आपां कहीए ਉਹ ਪੈਦਾ ਕਰਨ ਦਾ ਯਤਨ ਕੀਤਾ, ਔਰ ਇਹ ਹੋਲਗੜ੍ਹ ਕਿਲ੍ਹੇ ਤੋਂ ਆਪਾਂ ਨੂੰ ਪਤਾ ਹੀ ਹੈ ਕਿ 1700 ਦੇ ਵਿੱਚ, ਯਾਨੀ ਕਿ ਖਾਲਸਾ ਪੰਥ ਸਾਜਣ ਤੋਂ ਇੱਕ ਵਰੇ ਬਾਅਦ ਇਹ ਪ੍ਰਥਾ ਉੱਥੋਂ ਸ਼ੁਰੂ ਹੋਈ। ਤੇ ਇਹ ਆਪਾਂ ਨੂੰ ਇਹ ਆਪਾਂ ਕਹੀਏ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਬਾਣੀ ਦੇ ਵਿੱਚ ਜ਼ਿਕਰ ਕੀਤਾ ਨਾ ਜੀ, ਵੀ ਸਾਡੀ ਭਾਰਤ ਦੀ ਇਹ ਦੁਰਦਸ਼ਾ ਕਿਉਂ ਹੋ ਗਈ ਹੈ, ਉਹਦੇ ਵਿੱਚ ਸਾਰੇ ਕਾਰਨਾਂ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਹੋਏ ਨਾਲ ਇੱਕ ਜ਼ਿਕਰ ਇਹ ਵੀ ਕਰਦੇ ਹੈ ਕਿ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਯਾਨੀ ਕਿ ਰਈਅਤ ਜਿਹੜੀ ਹੈ ਨਾ ਉਹ ਗਿਆਨ ਵਿਹੂਣੀ ਹੋ ਗਈ ਹੈ, ਤੇ ਇਹੋ ਜਿਹੀ ਹੋ ਗਈ ਹੈ ਜਿਵੇਂ ਉਹਨਾਂ ਦੇ ਵਿੱਚ ਇੱਕ ਭੋਂ ਭਰਿਆ ਹੋਵੇ, ਤੂੜੀ ਭਰੀ ਹੋਵੇ ਜਿਹਨੂੰ ਆਪਾਂ ਕਹੀਏ, ਮਤਲਬ ਉਹਨਾਂ ਚ ਕੋਈ ਸਪਿਰਿਟ ਯਾਨੀ ਕਿ ਬੰਦਿਆਂ ਵਾਲੀ ਗੱਲ ਹੈ ਨਹੀਂ ਸੀਗੀ। ਸੋ ਉਹ ਗੱਲ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤਨ ਕੀਤਾ ਕਿ ਜੇ ਤੁਸੀਂ ਭਾਈ ਪੱਤ ਨਾਲ ਜਿਉਣਾ, ਇੱਜ਼ਤ ਮਾਨ ਨਾਲ ਜਿਉਣਾ, ਸਵੈ ਮਾਨ ਨਾਲ ਜਿਉਣਾ, ਤੇ ਤੁਹਾਨੂੰ ਫਿਰ ਬੰਦਿਆਂ ਵਾਂਗੂ ਵਿਚਰਨਾ ਪੈਣਾ। ਜੋ ਬੰਦੇ ਦੀ ਅਣਖ ਹੈ ਉਹਦੀ ਦੀ ਰਾਖੀ ਕਰਨ ਵਾਸਤੇ ਤੁਹਾਨੂੰ ਤਿਆਰ ਹੋਣਾ ਪੈਣਾ। ਸੋ ਉਹ ਟਰੈਡੀਸ਼ਨ ਹੈ, ਉਹ ਹੈ ਸਿੱਖਿਆ ਗੁਰੂ ਨਾਨਕ ਸਾਹਿਬ ਦੀ, ਜਿਸ ਦੀ ਪੂਰਤੀ ਆਪਾਂ ਖਾਲਸਾ ਪੰਥ ਵਿੱਚ ਲੈਣੇ, ਦਸਮ ਪਾਤਸ਼ਾਹ ਹਜ਼ੂਰ ਨੇ ਜਦੋਂ ਖਾਲਸਾ ਸਾਜਿਆ। ਸੋ ਸੁਖਵਿੰਦਰ ਜੀ, ਇੱਕ ਤੇ ਮੈਨੂੰ ਲੱਗਦਾ ਹੈ ਕਿ ਇਹ ਦਿਹਾੜਾ ਸਾਡੇ ਲਈ ਇੰਨਾ ਮਹੱਤਵਪੂਰਨ ਹੈ ਕਿ ਸਾਨੂੰ ਹਰ ਵੇਲੇ ਰਿਮਾਇੰਡ ਕਰਦਾ ਹੈ ਕਿ ਖਾਲਸਾ ਜੀ ਦੇ ਬੋਲਬਾਲੇ ਵਾਸਤੇ ਜਿਹੜੀ ਹੈ ਕਿਸ ਕਿਸਮ ਦੀ ਲੁਕਾਈ ਦੀ ਲੋੜ ਹੈ। ਸੋ ਉਹ ਇਹ ਦਿਹਾੜਾ ਹੈ ਜਿਹੜੀ ਸਾਨੂੰ ਯਾਦ ਕਰਾਉਂਦਾ ਹੈ ਔਰ ਸਾਨੂੰ ਸਾਡੀ ਟਰੈਡੀਸ਼ਨ ਨਾਲ ਜੋੜਦਾ ਹੈਗਾ। ਪਰ ਬਦਕਿਸਮਤੀ ਇਹ ਹੈ, ਜਿਸ ਤਰ੍ਹਾਂ ਜਥੇਦਾਰ ਸਾਹਿਬ ਵੀ ਜ਼ਿਕਰ ਕਰ ਰਹੇ ਸੀ ਹਰਪ੍ਰੀਤ ਸਿੰਘ ਹੁਣੀ, ਕਿ ਜਿਸ ਢੰਗ ਨਾਲ ਉੱਥੇ ਹੁੱਲੜਬਾਜ਼ੀ ਹੁੰਦੀ ਹੈ, ਜਿਸ ਢੰਗ ਨਾਲ ਲੋਕ ਆਉਂਦੇ ਹੈ, ਇਹ ਉਹਨਾਂ ਨੇ ਨਾ ਯਾਰ ਮੌਜ ਮੇਲੇ ਦਾ ਸਾਧਨ ਜਿਹਾ ਬਣਾ ਕੇ ਆਉਂਦੇ। ਜਿਹੜੀ ਉਹ ਆਪਾਂ ਕਹਿੰਦੇ ਨਾ ਸ਼ਰਧਾ ਦੀ ਗੱਲ ਆਪਾਂ ਕਰੀਏ, ਕਮਿਟਮੈਂਟ ਦੀ ਹੈਗੀ ਹੈ, ਗੁਰੂ ਪ੍ਰਤੀ ਲਾਡ ਪਿਆਰ ਸਤਿਕਾਰ ਜਿਹੜਾ ਹੁੰਦਾ ਉਹ ਨਹੀਂ ਹੈ।
ਤੇ ਜਿਸ ਢੰਗ ਨਾਲ ਉੱਥੇ ਮਤਲਬ ਜਿਵੇਂ ਮਨਾਇਆ ਜਾਂਦਾ ਨਾ, ਮਤਲਬ ਭੰਗ ਛਕੀ ਜਾਂਦੀ ਆ, ਹੋਰ ਨਸ਼ੇ ਪੱਤੇ ਕੀਤੇ ਜਾਂਦੇ ਆ, ਮੌਜ ਮੇਲੇ ਕੀਤੇ ਜਾਂਦੇ ਆ, ਉਹ ਤੇ ਉਹ ਲੱਗਦਾ ਜਿਵੇਂ ਸ਼ਿਵਰਾਤਰੀ ਵੇਲੇ ਨੀ ਹੁੰਦੀ ਭੰਗ ਵਰਤਾਈ ਜਾਂਦੀ, ਇਹੋ ਜਿਹਾ ਵਰਤਾਰਾ ਜਿਹੜਾ ਨਾ ਸੁਖਵਿੰਦਰ ਜੀ, ਜਦੋਂ ਇਹ ਵਰਤਾਰਾ ਹੋ ਰਿਹਾ ਤੇ ਉਹਦੇ ਵਿੱਚੋਂ ਆਪਾਂ ਨੂੰ ਪਤਾ ਕਿ ਮੰਦਭਾਗੀਆਂ ਘਟਨਾਵਾਂ ਦਾ ਜਿਹੜਾ ਜ਼ਿਕਰ ਜਥੇਦਾਰ ਸਾਹਿਬ ਕਰ ਰਹੇ ਸੀ, ਉਹ ਮੈਨੂੰ ਠੀਕ ਲੱਗਿਆ ਕਿ ਉਹਨਾਂ ਨੇ ਇਹ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਆ, ਭਾਈ ਸਾਨੂੰ ਇਸ ਪੱਖੋਂ ਬਹੁਤ ਹੀ ਸਜਗ ਹੋਣ ਦੀ ਲੋੜ ਹੈ ਕਿ ਖਾਲਸਾ ਪੰਥ ਜੀ ਆਪਾਂ ਕਿਹੜੇ ਪਾਸੇ ਨੂੰ ਤੁਰ ਪਏ ਹੋਏ ਹਾਂ, ਇੱਥੇ ਗੁਰੂ ਦੇ ਦਰਸ਼ਨ ਅਸੀਂ ਕਰਨ ਆਉਣੇ, ਗੁਰੂ ਪ੍ਰਤੀ ਸ਼ਰਧਾ ਪ੍ਰਗਟ ਆਉਣੇ ਆ, ਤੇ ਅਸੀਂ ਇਹਨੂੰ ਬਣਾ ਲਿਆ ਹੋਇਆ ਮੇਲਾ। ਇਹ ਮੇਲਾ ਸਾਡੇ ਸਿੱਖ ਕਲਚਰ ਦਾ ਹਿੱਸਾ ਨਹੀਂ ਹੈ, ਪੰਜਾਬੀ ਕਲਚਰ ਦਾ ਹਿੱਸਾ ਹੋ ਸਕਦਾ ਪਰ ਸਿੱਖ ਕਲਚਰ ਦਾ ਹਿੱਸਾ ਨਹੀਂ ਹੈ। ਜਿਹੜੀਆਂ ਗੱਲਾਂ ਤੁਸੀਂ ਸੁਖਵਿੰਦਰ ਜੀ ਨੁਕਤੇ ਉਠਾਏ ਨਾ ਜੀ, ਉਹ ਬੜੇ ਹੀ ਮਹੱਤਵਪੂਰਨ ਹਨ। ਜਥੇਦਾਰ ਸਾਹਿਬ ਨੇ ਕੌਮ ਦੇ ਨਾਂ ਸੰਦੇਸ਼ ਦੇਣਾ ਹੁੰਦਾ, ਉਹ ਆਮ ਤੌਰ ਤੇ ਆਪਾਂ ਨੂੰ ਕਹਿੰਦੇ ਹਾਂ ਕਿ ਵਿਸਾਖੀ ਵਾਲੇ ਦਿਨ ਵੀ ਦਿੰਦੇ ਆ, ਖਾਲਸਾ ਪੰਥ ਦਾ ਇਹ ਜਦੋਂ ਸਿਰਜਣ ਹੁੰਦਾ ਉਦੋਂ ਵੀ ਦਿੰਦੇ ਆ, ਤੇ ਇਹਨੇ ਵੀ ਉਹ ਸੰਦੇਸ਼ ਦੇ ਰੂਪ ਵਿੱਚ ਐਡਰੈਸ ਕਰ ਰਹੇ ਸੀਗੇ ਕੌਮ ਨੂੰ। ਹੁਣ ਸਮੱਸਿਆ ਇਹ ਹੈ ਕਿ ਕੌਮ ਨੂੰ ਐਡਰੈਸ ਕਰਦੇ ਹੋਏ ਤੁਸੀਂ ਕੀ ਸਿਰਫ ਇੱਕ ਅਕਾਲੀ ਸਪੋਕਸਪਰਸਨ ਦੇ ਤੌਰ ਤੇ ਗੱਲ ਕਰਨੀ ਹੈ, ਜਾਂ ਜਥੇਦਾਰ ਦੇ ਤੌਰ ਤੇ ਸਮੁੱਚੇ ਪੰਥ ਨੂੰ ਤੁਸੀਂ ਅਗਵਾਈ ਦੇਣ ਵਾਸਤੇ ਉਹੋ ਜੀ ਸੰਦੇਸ਼ ਦੇਣਾ ਹੈ ਜੋ ਸਮੁੱਚੇ ਪੰਥ ਦੀ ਗੱਲ ਕਰਦਾ ਹੋਵੇ, ਸਿਰਫ ਤੇ ਸਿਰਫ ਕਿਸੇ ਇੱਕ ਸਿਆਸੀ ਧਿਰ ਦੀ ਨੁਮਾਇੰਦਗੀ ਨਾ ਕਰਦਾ ਹੋ। ਅਨਫਾਰਚੂਨੇਟਲੀ ਉਹਨਾਂ ਦੇ ਸਾਰੇ ਜਿੰਨਾ ਕੁ ਮੈਂ ਸੁਣ ਸਕਿਆ ਉਹਨਾਂ ਦਾ ਇਹ ਜੋ ਵੀ 5-7 ਮਿੰਟ ਉਹ ਬੋਲੇ ਆ ਰਿਕਾਰਡਡ ਮੇਰੇ ਕੋਲ ਸੀ, ਉਹਦੇ ਵਿੱਚੋਂ ਉਹ ਸਿਹਰੀ ਉਹਨਾਂ ਦੀ ਜਿਹੜੀ ਸਪਿਰਿਟ ਹੈ ਨਾ ਜੀ, ਉਹ ਬਹੁਤ ਹੀ ਅਕਾਲੀ ਦਲ ਦੇ ਬੁਲਾਰੇ ਦੇ ਤੌਰ ਤੇ ਨਜ਼ਰ ਆਈ। ਹੁਣ ਜੇ ਤੇ ਉਹ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਦੇ ਬੁਲਾਰੇ ਦੇ ਤੌਰ ਤੇ ਬਹੁਤ ਅੱਛਾ ਬੋਲੇ, ਇਹ 'ਚ ਕੋਈ ਸ਼ੱਕ ਨਹੀਂ, ਪਰ ਜੇ ਅਸੀਂ ਤਵੱਕੋ ਕਰਦੇ ਹਾਂ ਕਿ ਜਥੇਦਾਰ ਸਮੁੱਚੀ ਕੌਮ ਦੇ ਉਹ ਪ੍ਰਤੀਨਿਧ ਹਨ, ਸਿਰਫ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਤੀਨਿਧ ਨਹੀਂ, ਕਿਉਂਕਿ ਸ਼੍ਰੀ ਅਕਾਲ ਤਖ਼ਤ ਪ੍ਰਤੀ ਜਿਹੜੀ ਸ਼ਰਧਾ ਹੈ ਨਾ ਜੀ, ਉਹ ਸਮੁੱਚੇ ਸਿੱਖ ਪੰਥ ਦੀ ਹੈ। ਉਹ ਸਿਆਸੀ ਤੌਰ ਤੇ ਕਿਸੇ ਵੀ ਵਿਚਾਰਧਾਰਾ ਦਾ ਹੋ ਸਕਦਾ, ਪਰ ਜਦੋਂ ਉਹ ਸਮੁੱਚੇ ਸਿੱਖ ਪੰਥ ਦੇ ਮੈਂਬਰ ਦੇ ਨਾਤੇ ਉਹ ਅਕਾਲ ਤਖ਼ਤ ਵੱਲ ਹੀ ਦੇਖਦਾ ਔਰ ਅਗਵਾਈ ਦੀ ਆਸ ਕਰਦਾ, ਉੱਥੇ ਸੰਕੀਰਨ ਪਾਰਟੀ ਦੀ ਸੋਚ ਜਿਹੜੀ ਹੈ ਉਹ ਸੁਖਵਿੰਦਰ ਜੀ ਪ੍ਰਵਾਨ ਨਹੀਂ ਹੁੰਦੀ, ਔਰ ਜਿਸ ਕਿਸਮ ਦੇ ਉਹਨਾਂ ਨੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚੋਂ ਇਸ ਕਿਸਮ ਦਾ ਦ੍ਰਿਸ਼ਟੀਕੋਣ ਸਪਸ਼ਟ ਝਲਕਦਾ ਸੀ, ਨਜ਼ਰ ਆਉਂਦਾ ਸੀ ਆਪਾਂ ਸਾਰਿਆਂ ਨੂੰ। ਹੁਣ ਮਸਲਨ ਉਹਨਾਂ ਨੇ ਜਦੋਂ ਹਰਿਆਣਾ ਗੁਰਦੁਆਰਾ ਕਮੇਟੀ ਦੀ ਗੱਲ ਕੀਤੀ ਹੈ, ਆਪਾਂ ਅਕਸਰ ਪ੍ਰੋਗਰਾਮ ਕਰਦੇ ਰਹੇ, ਕਈ ਵਾਰ ਇਹਨਾਂ ਇਸ ਇਸ਼ੂ ਤੇ ਗੱਲ ਹੋਈ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਵਿੱਚ ਕੇਂਦਰ ਦੀ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਹੈ, ਕੇਂਦਰ ਦੀਆਂ ਤਾਕਤਾਂ ਵੀ ਉਹਦੇ ਵਿੱਚ ਸ਼ਾਮਲ ਹੈ, ਹਰਿਆਣੇ ਦੀ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਹੈ, ਉਹਨਾਂ ਦੇ ਵਿੱਚ ਬੀਜੇਪੀ ਦੀ ਸੋਚ ਵੀ ਉਹਦੇ ਵਿੱਚ ਸ਼ਾਮਲ ਹੈ, ਇਹ ਬਿਲਕੁਲ ਸੱਚ ਹੈ। ਪਰ ਉਸੇ ਤੱਕ ਹੀ ਸੀਮਿਤ ਹੋ ਜਾਣਾ ਔਰ ਆਪਣੀ ਕਮਜ਼ੋਰੀ ਜਿਹੜੀ ਹੈ ਉਹਨੂੰ ਧਿਆਨ ਵਿੱਚ ਨਾ ਰੱਖਣਾ, ਉਹਦੇ ਬਾਰੇ ਬਿਲਕੁਲ ਜ਼ਿਕਰ ਨਾ ਕਰਨਾ, ਇਹ ਇੱਕ ਪਾਸੜ ਗੱਲ ਹੋ ਜਾਂਦੀ ਹੈ, ਇਹ ਨਿਰਪੱਖ ਜਿਹਾ ਜਿਹੜਾ ਵਰਤਾਰਾ ਨਹੀਂ ਹੁੰਦਾ ਔਰ ਐਕਸਪਲੇਨੇਸ਼ਨ ਠੀਕ ਨਹੀਂ ਲੱਗਦੀ, ਕਿਉਂਕਿ ਸਾਨੂੰ ਪਤਾ ਹੈ ਕਿ ਜੇ ਉੱਥੇ ਹਰਿਆਣਾ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਆਪਣੀ ਚੌਧਰ ਤੇ ਪਕੜ ਨਾ ਰੱਖਦੀ ਔਰ ਉੱਥੋਂ ਦੇ ਹਰਿਆਣੇ ਦੇ ਜਿਹੜੇ ਪ੍ਰਤੀਨਿਧ ਹਨ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ, ਤੇ ਉਹ ਇਸ ਲੈਵਲ ਤੇ ਕਮੇਟੀ ਦੀ ਮੰਗ ਵੱਖਰੀ ਕਮੇਟੀ ਦੀ ਮੰਗ ਨਹੀਂ ਸੀ ਉੱਠਣੀ, ਜਦੋਂ ਮੰਗ ਉੱਠ ਗਈ ਸੀ ਤੇ ਉਸ ਮੰਗ ਨੂੰ ਠੀਕ ਢੰਗ ਨਾਲ ਟੈਕਲ ਵੀ ਨਹੀਂ ਕੀਤਾ ਗਿਆ। ਉਹ ਲੋਕ ਹਮੇਸ਼ਾ ਹੀ ਕਹਿੰਦੇ ਰਹੇ ਕਿ ਸਾਡੀ ਕੋਈ ਵੱਖਰੀ ਇਹੋ ਜਿਹੀ ਕਮੇਟੀ ਇਹਨਾਂ ਦੀ ਬਣ ਜਾਏ ਜਿਹੜੀ ਤੁਹਾਡੇ ਨਾਲ ਹੀ ਸੰਬੰਧ ਹੋਵੇ, ਤੁਹਾਡੀ ਹੀ ਸਬ ਕਮੇਟੀ ਹੋਵੇ, ਤੁਹਾਡੇ ਹੀ ਅਗਵਾਈ ਵਿੱਚ ਚੱਲੇ। ਪਰ ਇਹ ਗੱਲ ਇੱਥੋਂ ਦੀ ਲੀਡਰਸ਼ਿਪ, ਪੰਜਾਬ ਦੀ ਜਿਹੜੀ ਪਾਰੂ ਲੀਡਰਸ਼ਿਪ ਸੀ, ਉਹਨਾਂ ਦੇ ਸਿਆਸੀ ਹਿੱਤਾਂ ਦੇ ਅਨੁਕੂਲ ਸ਼ਾਇਦ ਨਹੀਂ ਸੀ। ਜਦੋਂ ਅਸੀਂ ਸਿਰਫ ਸਿਆਸੀ ਪੈਂਦੜੇ ਦੇ ਤੌਰ ਤੇ ਗੱਲ ਕਰਦੇ ਨਾ ਜੀ ਸੁਖਵਿੰਦਰ ਜੀ, ਤੇ ਫਿਰ ਕੁਦਰਤੀ ਗੱਲ ਹੈ ਕਿ ਦੂਸਰੀ ਜਿਹੜੀ ਵਿਰੋਧੀ ਸਿਆਸੀ ਧਿਰ ਹੈ
ਉਹਨੇ ਆਪਣੇ ਪੈਂਤੜੇ ਤੋਂ ਗੱਲ ਕਰਨੀ ਹੁੰਦੀ ਹੈ ਜੋ ਉਹਨੂੰ ਸੂਟ ਕਰਦੀ ਹੈ ਉਹਦੇ ਮੁਤਾਬਕ ਕਰਨਗੇ, ਜੇ ਤੁਹਾਨੂੰ ਕਮਜ਼ੋਰ ਕਰ ਸਕਦੇ ਜ਼ਰੂਰ ਕਰਨਗੇ। ਔਰ ਇਹੀ ਉਹਨਾਂ ਨੇ ਕੀਤਾ, ਇਹ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਜਿਸ ਢੰਗ ਨਾਲ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਕਰਵਾਇਆ, ਉਹ ਹੁੱਡਾ ਵੇਲੇ ਹੋਇਆ, ਆਪਾਂ ਨੂੰ ਪਤਾ ਕਾਂਗਰਸ ਸਰਕਾਰ ਵੇਲੇ ਬਣਿਆ, ਉਹ ਸੁਪਰੀਮ ਕੋਰਟ ਨੇ ਹੁਣ ਉਹਨੂੰ ਪ੍ਰਵਾਨ ਵੀ ਕਰ ਲਿਆ। ਔਰ ਜਿਸ ਢੰਗ ਨਾਲ ਉੱਥੇ ਕਬਜ਼ੇ ਲੈ ਜਾ ਰਹੇ ਹੈ ਹਰਿਆਣੇ ਦੇ ਵਿੱਚ, ਉਹ ਸਿੱਖੀ ਰਵਾਇਤਾਂ ਮੁਤਾਬਕ ਨਹੀਂ ਹੈ ਸੁਖਵਿੰਦਰ ਜੀ। ਇਹ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਸਰਕਾਰੀ ਦਖਲ ਅੰਦਾਜ਼ੀ ਦੇ ਨਾਲ, ਪੁਲਿਸ ਫੋਰਸ ਦੇ ਨਾਲ ਤੁਸੀਂ ਕਬਜ਼ਾ ਕਰਨ ਆ ਗਏ ਹੋਏ ਹੋ। ਇਹ ਕਬਜ਼ਾ ਕਰਨ ਦਾ ਤਰੀਕਾ ਇਹ ਕਾਰ ਠੀਕ ਨਹੀਂ ਹੈ, ਇਹ ਬਿਲਕੁਲ ਗਲਤ ਹੈ। ਇਹ ਜਥੇਦਾਰ ਸਾਹਿਬ ਦਾ ਪੁਆਇੰਟ ਠੀਕ ਹੈ, ਪਰ ਇਹ ਕਹਿਣਾ ਕਿ ਇਹਦੇ ਵਿੱਚ ਸਿਰਫ ਤੇ ਸਿਰਫ ਇਹ ਉਹਨਾਂ ਦੀ ਰਾਜਨੀਤੀ ਸ਼ਾਮਿਲ ਹੈ ਔਰ ਸਾਡੀ ਨਾ ਅਹਿਲੀਅਤ ਸ਼ਾਮਿਲ ਨਹੀਂ ਹੈ, ਜਿਸ ਕਮੇਟੀ ਸਿਆਸੀ ਧਿਰ ਦੇ ਉਸ ਸਪੋਕਸ ਪਰਸਨ ਦੇ ਤੌਰ ਤੇ ਅੱਜ ਉਹ ਗੱਲ ਕਰ ਰਹੇ ਸੀਗੇ, ਆਪਣੀ ਕਮਜ਼ੋਰੀ ਔਰ ਆਪਣੀ ਨਾ ਅਹਿਲੀਅਤ ਜਿਹੜੀ ਹੈ ਇਸ ਪਾਰਟੀ ਦੀ, ਉਹਦਾ ਜ਼ਿਕਰ ਨਾ ਕਰਨਾ ਔਰ ਉਹਨੂੰ ਧਿਆਨ ਵਿੱਚ ਨਾ ਰੱਖਣਾ, ਸ਼ਾਇਦ ਇਹ ਇੱਕ ਪਾਸੜ ਗੱਲ ਸੀ ਸੁਖਵਿੰਦਰ ਜੀ। ਜਿੱਥੋਂ ਤੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਉੱਥੇ ਮੈਨੂੰ ਲੱਗਿਆ ਕਿ ਇਹ ਪਾਰਸ਼ਲੀ ਟਰੂ ਹੈ ਜਥੇਦਾਰ ਸਾਹਿਬ ਦਾ ਨੈਰੇਟਿਵ, ਇਹ ਠੀਕ ਪੂਰਾ ਨਹੀਂ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਸੀਗੀ ਕਿ ਜਿਹੜੀ ਆਪਣਾ ਸਿੱਖ ਸੰਸਥਾਵਾਂ ਨੂੰ ਜਿਹੜੀਆਂ ਵਿਰੋਧੀ ਨੇ, ਸਿੱਖ ਵਿਰੋਧੀ ਤਾਕਤਾਂ, ਉਹ ਨੈਰੇਟਿਵ ਸਿਰਜ ਰਹੀਆਂ ਹੋਈਆਂ। ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਦੋ ਫਾੜ ਕੀਤਾ, ਤੋੜਿਆ ਹੈ, ਔਰ ਉਹਨੂੰ ਹੋਰ ਫਰਦਰ ਜਿਹੜੀਆਂ ਏਜੰਸੀਜ਼ ਰਾਹੀਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਈ ਹੈ। ਇਹ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਇਹਦੇ ਵਿੱਚ ਕੇਂਦਰੀ ਜਿਹੜੀਆਂ ਵੀ ਸ਼ਾਸਕ ਜਮਾਤਾਂ ਹੈਗੀਆਂ ਉਹ ਜ਼ਰੂਰ ਕਰਨਗੀਆਂ। ਇਹ ਮੰਨ ਲੈਣਾ ਚਾਹੀਦਾ, ਸਾਨੂੰ ਪਤਾ ਹੈ ਕਿਉਂ ਨਾ ਕਰੇ ਵਿਰੋਧੀ, ਕਿਉਂ ਨਾ ਕਰੇ। ਮੇਰਾ ਸਵਾਲ ਹਮੇਸ਼ਾ ਸੁਖਵਿੰਦਰ ਜੀ ਇਹ ਰਹਿੰਦਾ ਕਿ ਜਦੋਂ ਅਸੀਂ ਇੱਕ ਸਾਡਾ ਐਟੀਚਿਊਡ ਹੈ ਸੁਤੰਤਰ ਵਿਚਰਨ ਦਾ, ਅਸਰਸ਼ਨ ਦਾ, ਅਸੀਂ ਜਿਹੜੀ ਐਜੀਟੇਸ਼ਨ ਚੱਲਦੀ ਹੈ, ਆਪਾਂ ਨੂੰ ਲੱਗਦਾ ਉਹ ਦਿੱਲੀ ਦੇ ਖਿਲਾਫ ਅਸੀਂ ਜਦੋਂ ਐਜੀਟੇਸ਼ਨ ਲੜਦੇ ਹਾਂ, ਚਾਹੇ ਦਿੱਲੀ ਦੀ ਕੋਈ ਵੀ ਉੱਥੇ ਸਿਆਸੀ ਪਾਰਟੀ ਬੈਠੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਜਿਹੜੀ ਵੀ ਸਿਆਸੀ ਧਿਰ ਉੱਥੇ ਬੈਠੀ ਹੈ, ਜਦੋਂ ਅਸੀਂ ਉਹਨਾਂ ਦੇ ਵਿਰੁੱਧ ਲਾਮਬੱਧ ਹੁੰਦੇ ਹਾਂ ਔਰ ਲਾਮਬੱਧ ਹੋਣ ਵਾਲੀਆਂ ਤਾਕਤਾਂ ਨੂੰ ਪ੍ਰੋਤਸਾਹਨ ਦਿੰਦੇ ਹਾਂ ਹਰ ਕਿਸਮ ਦਾ, ਤੇ ਫਿਰ ਉਹ ਕੇਂਦਰੀ ਤਾਕਤਾਂ ਤੁਹਾਨੂੰ ਕਮਜ਼ੋਰ ਕਰਨ ਦਾ ਯਤਨ ਕਿਉਂ ਨਾ ਕਰਨ? ਇਹ ਤਾਂ ਸਿਆਸੀ ਪੈਂਤੜੇ ਆ, ਅਸੀਂ ਆਪਣਾ ਪੈਂਤੜਾ ਲੈਣੇ, ਉਹਨਾਂ ਨੇ ਆਪਣਾ ਪੈਂਤੜਾ ਲੈਣਾ, ਉਹਨਾਂ ਨੇ ਕਰਨਾ ਹੀ ਕਰਨਾ। ਤੋ ਇਸ ਗੱਲ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਸੁਚੇਤ ਰਹਿਣ ਦੀ ਤਾਂ ਗੱਲ ਜ਼ਰੂਰ ਹੈਗੀ ਹੈ, ਪਰ ਇਹ ਤੇ ਮੈਨੂੰ ਗਿਲਾ ਕਰਨ ਦੀ ਕੋਈ ਨਜ਼ਰ ਨਹੀਂ ਆਉਂਦੀ। ਇਹ ਤਾਂ ਠੀਕ ਹੈ, ਇਹ ਸਿਆਸੀ ਲੜਾਈ ਚੱਲ ਰਹੀ ਹੋਈ ਹੈ, ਤੁਸੀਂ ਆਪਣਾ ਪੈਂਤੜੇ ਮੁਤਾਬਕ ਕਾਰਜ ਕਰ ਰਹੇ, ਉਹਨਾਂ ਨੇ ਆਪਣੇ ਪੈਂਤੜੇ ਮੁਤਾਬਕ ਕਰਨਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਉਹ ਇਹ ਕਹਿੰਦੇ ਹੈ ਕਿ ਐਸ ਜੀ ਪੀ ਸੀ ਤੁਸੀਂ ਟੋਟੇ ਕੀਤੇ ਹੈ ਤੇ ਤੁਹਾਡੀ ਪਾਰਲੀਮੈਂਟ ਦੇ ਟੋਟੇ ਹੋਣਗੇ, ਕਿਉਂਕਿ ਇਹ ਸਿੱਖ ਪਾਰਲੀਮੈਂਟ ਸੀ। ਹੁਣ ਇਹ ਤੇ ਗੱਲ ਸੁਖਵਿੰਦਰ ਜੀ ਭਲਾ ਇਹਨੂੰ ਕਿਸ ਤਰ੍ਹਾਂ ਸਮਝੀਏ ਭਲਾ, ਹੁਣ ਇਹ ਵੱਧ ਅਸੀਸਾਂ ਦੇਣੀਆਂ, ਵੱਧ ਦੁਆਵਾਂ ਦੇਣੀਆਂ, ਵੀ ਇਹਦੇ ਇਹ ਤੇ ਪਿੱਛੋਂ ਨਾ ਇਹਦੇ ਪਿੱਛੋਂ ਇੱਕ ਜਿਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਹਨੂੰ ਕਹਿੰਦੇ ਡੀ ਕੋਡ ਕਰਨ ਦੀ ਕੋਸ਼ਿਸ਼ ਕਰੀਏ, ਤੇ ਇਹ 'ਚ ਲੱਗਦਾ ਨਹੀਂ ਕਿ ਇੱਕ ਮਾਯੂਸੀ, ਖਾਸ ਕਿਸਮ ਦੀ ਮਾਯੂਸੀ ਜੀ ਪ੍ਰਗਟ ਹੋ ਰਹੀ ਹੈ, ਖਾਸ ਕਿਸਮ ਦਾ ਇੱਕ ਜਿਹਨੂੰ ਕਹੋ ਕਿ ਪਿੱਛੋਂ ਜਿਵੇਂ ਐਂ ਕਹਿ ਰਹੀਏ ਵੀ ਇੱਕ ਖਾਸ ਕਿਸਮ ਦਾ ਨਜ਼ਰੀਆ ਜਿਹੜਾ ਹੈ ਉਹ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਕਿਸਮ ਦੀ ਧਿਰ ਦੀ ਜਿਹੜੀ ਹੈ ਉਹਦੇ ਬੁਲਾਰੇ ਦੇ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਨੂੰ ਤੇ ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਨਜ਼ਰ ਆ ਰਹੀਆਂ ਹੋਈਆਂ। ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹੀ ਕਿ ਇਹਦੇ ਵਿੱਚ ਕੇਂਦਰੀ ਤਾਕਤਾਂ ਦੀ ਦਖਲ ਅੰਦਾਜ਼ੀ ਹੈ, ਉਹਨਾਂ ਨੇ ਭੰਨ ਤੋੜ ਸਿੱਖ ਸੰਸਥਾਵਾਂ ਦੇ ਵਿੱਚ ਕੀਤੀ, ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਕੀਤੀ, ਪਰ ਇਸ ਵੱਧ ਤੱਕ ਜਾਣਾ ਕਿ ਤੁਹਾਡੀਆਂ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਸਿੱਖ ਪਾਰਲੀਮੈਂਟ ਤੋੜੀ, ਇਸ ਤਰ੍ਹਾਂ ਪਾਰਲੀਮੈਂਟ ਦੇ ਟੁੱਟੇ ਹੋਣਗੇ, ਇਹਦੇ ਨਾਲ ਸੂਚਨਾ ਅਸੀਂ ਕੀ ਦੇ ਰਹੇ, ਕੀ ਇਹਦਾ ਮਤਲਬ? ਅਸੀਂ ਇਹ ਸੂਚਨਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਜੇ ਸਿੱਖਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਪਾਰਲੀਮੈਂਟ ਨਾਲ, ਇਹ ਸਮੁੱਚੀ ਪਾਰਲੀਮੈਂਟ ਜਿਹੜੀ ਦੇਸ਼ ਦੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਫਿਰ ਇਹ ਕਹਿ ਦਈਏ ਵੀ ਅਸੀਂ 1947 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ ਪਰ ਅਸੀਂ ਆਜ਼ਾਦ ਨਹੀਂ ਹੋਏ, ਇਹ ਪੈਂਤੜਾ ਖਾੜਕੂ ਧਿਰ ਦਾ ਪੈਂਤੜਾ ਹੈ। ਆਪਾਂ ਨੂੰ ਪਤਾ
ਉਹ ਖਾੜਕੂ ਧਿਰ ਦਾ ਪੈਂਤੜਾ ਜਿਹੜਾ ਹੈ ਇਹ ਭਲਾ ਇੱਕ ਅਕਾਲੀ ਦਲ ਦਾ ਪੈਂਤੜਾ ਕਦੋਂ ਹੋ ਗਿਆ ਇਹਨੂੰ ਭਲਾ ਸਮਝਣ ਦੀ ਕੋਸ਼ਿਸ਼ ਕਰੀਏ ਸੁਖਵਿੰਦਰ ਜੀ ਕਿ ਖਾੜਕੂ ਧਿਰਾਂ ਦਾ ਪੈਂਤੜਾ ਤੇ ਇਹੀ ਹੈ ਚ ਕੋਈ ਸ਼ੱਕ ਨਹੀਂ ਕਿ ਸਾਨੂੰ ਸੁਤੰਤਰਤਾ ਚਾਹੀਦੀ ਹੈ ਸਾਨੂੰ ਖਾਲਿਸਤਾਨ ਚਾਹੀਦਾ ਅਸੀਂ ਗੁਲਾਮ ਹਾਂ ਜਿਸ ਤਰ੍ਹਾਂ ਅੰਮ੍ਰਿਤਪਾਲ ਹੋਣੀ ਵਿੱਚ ਹੁਣ ਤੱਕ ਬਾਕੀ ਵੀ ਜਿਹੜੀਆਂ ਖਾੜਕੂ ਧਿਰਾਂ ਕਹਿੰਦੀਆਂ ਰਹੀਆਂ ਵੀ ਜਾਂ ਤੇ ਖੁੱਲ ਕੇ ਤੁਸੀਂ ਗੱਲ ਕਰੋ ਫਿਰ ਇਹ ਖੁੱਲ ਕੇ ਗੱਲ ਕਰੋ ਨਾ ਵੀ ਠੀਕ ਹੈ ਕਿ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਹਾਂ ਅਸੀਂ ਇੱਥੇ ਗੁਲਾਮ ਹਾਂ ਤੇ ਜੇ ਤੁਸੀਂ ਸਿਆਸਤ ਕਰਨੀ ਹੈ ਸਿਆਸਤ ਇਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਰਨੀ ਹੈ ਅਕਾਲੀ ਪੈਂਤੜਾ ਇਹ ਹੈਗਾ ਤੇ ਫਿਰ ਇਹੋ ਜਿਹੀਆਂ ਸੁਰਾਂ ਜਿਹੜੀਆਂ ਕੱਢਣ ਦੀ ਕੋਸ਼ਿਸ਼ ਕਰਦੇ ਹੋ ਇਹਦੇ ਪਿੱਛੇ ਇੱਕ ਹੋਰ ਖਾਸ ਕਿਸਮ ਦੀ ਜਿਹਨੂੰ ਕਹੋ ਕਿ ਸਿਆਸੀ ਪੈਂਤੜਾ ਸਾਹਮਣੇ ਆਉਂਦਾ ਇਹਨੂੰ ਜੇ ਸਮਝੀਏ ਤੇ ਦੂਸਰੀ ਤਰ੍ਹਾਂ ਇਹਨੂੰ ਸੁਖਵਿੰਦਰ ਜੀ ਇਉਂ ਸਮਝ ਸਕਦੇ ਹਾਂ ਆਪਾਂ ਉਹ ਇਹ ਹੈ ਕਿ ਅਕਾਲੀ ਦਲ ਦਾ ਹੁਣ ਬੀਜੇਪੀ ਨਾਲ ਜਦੋਂ ਦਾ ਇਹ ਸਮਝੌਤਾ ਟੁੱਟਿਆ ਹੋਇਆ ਅਕਾਲੀ ਦਲ ਆਪਣੀ ਧਰਾਤਲ ਤਲਾਸ਼ ਰਿਹਾ ਆਪਣੀ ਸਪੇਸ ਮੁੜ ਕੇ ਗੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਇਆ ਵੀ ਸਿੱਖ ਸਮਾਜ ਦੇ ਵਿੱਚ ਆਪਣੀ ਪੈਂਠ ਕਿਸ ਤਰ੍ਹਾਂ ਕਾਇਮ ਕਰਨੀ ਹੈ ਤੇ ਪਹਿਲਾਂ ਤੇ ਉਹਨਾਂ ਦੇ ਉੱਪਰ ਕੋਈ ਬੰਧਨ ਸੀ ਨਾ ਉਹਨਾਂ ਦਾ ਬੀਜੇਪੀ ਦੇ ਨਾਲ ਇੱਕ ਸਮਝੌਤਾ ਸੀ ਇਕੱਠੇ ਚੱਲਦੇ ਸੀ ਹੁਣ ਸਮਝੌਤਾ ਤੇ ਉਹਨਾਂ ਦਾ ਕੋਈ ਹੈ ਨਹੀਂ ਗਾ ਜਦੋਂ ਸਮਝੌਤਾ ਨਹੀਂ ਹੈ ਤੇ ਅਕਾਲੀ ਦਲ ਖੁੱਲ੍ਹ ਕੇ ਬੀਜੇਪੀ ਦੇ ਖਿਲਾਫ਼ ਕੇਂਦਰੀ ਤਾਕਤਾਂ ਦੇ ਖਿਲਾਫ਼ ਬੋਲ ਸਕਦਾ ਕਿਉਂਕਿ ਇਸ ਵੇਲੇ ਉਹਨੂੰ ਕੋਈ ਇਹੋ ਜਿਹਾ ਬੰਧਨ ਨਹੀਂ ਹੈ ਸੋ ਜੇ ਬੰਧਨ ਨਹੀਂ ਹੈ ਤੋ ਇਸ ਕਰਕੇ ਸੁਤੰਤਰ ਸੋਚ ਇਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਸਿੱਖ ਸਮਾਜ ਦੇ ਵਿੱਚ ਅਕਾਲੀ ਦਲ ਦੀ ਪੈਂਠ ਦੁਬਾਰਾ ਬਣਾਉਣ ਦੀ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਸੋ ਮੈਨੂੰ ਇਹ ਅੱਜ ਉਹਨਾਂ ਦਾ ਜਿਹੜਾ ਬਿਆਨ ਉੱਥੇ ਸੰਦੇਸ਼ ਉਹਨਾਂ ਨੇ ਦਿੱਤਾ ਉਹਦੇ ਕੁਝ ਅੰਸ਼ ਬਹੁਤ ਪਾਜ਼ਿਟਿਵ ਸੀਗੇ ਪਰ ਆਹ ਜਿਹੜਾ ਸਿਆਸੀ ਪੈਂਤੜੇ ਵੇਲੇ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਵਿੱਚੋਂ ਅਕਾਲੀ ਦਲ ਦੀ ਸੇਧਤ ਹੀ ਬਿਆਨ ਮੈਨੂੰ ਲੱਗਦਾ ਉਹਨਾਂ ਦਾ ਨਿੱਜੀ ਜਿਸਨੂੰ ਆਪਾਂ ਕਹੀਏ ਜਾਂ ਸਮੁੱਚੇ ਪੰਥ ਦੀ ਸੋਚ ਜਿਸਨੂੰ ਆਪਾਂ ਕਹੀਏ ਉਹਦੇ ਵਿੱਚੋਂ ਰਿਫਲੈਕਟ ਨਹੀਂ ਹੁੰਦੀ ਉਹਦੇ ਵਿੱਚੋਂ ਅਕਾਲੀ ਦਲ ਜਿਹੜਾ ਇਸ ਵੇਲੇ ਮਜ਼ਬੂਤ ਹੈ ਜਿਹਦਾ ਪਕੜ ਹੈ ਐਸ ਜੀ ਪੀ ਸੀ ਦੇ ਉੱਪਰ ਔਰ ਮੈਨੂੰ ਲੱਗਦਾ ਹੈ ਉਸੇ ਪਕੜ ਦਾ ਪ੍ਰਗਟਾਵਾ ਸਾਡੇ ਮਾਣਯੋਗ ਜਥੇਦਾਰ ਸਾਹਿਬ ਅੱਜ ਦੇ ਭਾਸ਼ਣ ਵਿੱਚ ਕਰ ਰਹੇ ਸੀ ਮੈਨੂੰ ਇਸ ਤਰ੍ਹਾਂ ਸੁਖਵਿੰਦਰ ਜੀ ਇਹਦੇ ਚੋਂ ਨਜ਼ਰ ਆਇਆ ਜੀ ਸੁਖਵਿੰਦਰ ਜੀ ਡਾਕਟਰ ਸਾਹਿਬ ਜਦੋਂ ਗੱਲ ਆਉਂਦੀ ਹੈ ਗੁਲਾਮੀ ਦੀ ਵੈਸੇ ਕਈ ਵਾਰ ਇਹਦੇ ਉੱਤੇ ਚਰਚਾ ਹੋ ਚੁੱਕੀ ਹੈ ਪਰ ਜਦੋਂ ਜਥੇਦਾਰ ਸਾਹਿਬ ਆਪ ਇਹ ਗੱਲ ਕਹਿਣ ਕਿ ਮੁਲਕ ਤਾਂ ਆਜ਼ਾਦ ਹੋਇਆ ਭਾਰਤ ਨੂੰ ਆਜ਼ਾਦੀ ਮਿਲ ਗਈ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਤਾਂ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਏ ਡੀਕੋਡ ਕੀਤਾ ਜਾਏ ਕਿ ਸਿੱਖ ਕਿਸ ਤਰੀਕੇ ਦੀ ਆਜ਼ਾਦੀ ਚਾਹੁੰਦੇ ਨੇ ਇਹ ਆਪਣੇ ਆਪ ਚ ਬਹੁਤ ਇਹਦੇ ਇਰਦ ਗਿਰਦ ਬਹੁਤ ਸਵਾਲ ਉੱਠਦੇ ਨੇ ਕਿ ਸਿੱਖਾਂ ਨੂੰ ਕਿਸ ਢੰਗ ਨਾਲ ਗੁਲਾਮ ਰੱਖਿਆ ਗਿਆ ਤੇ ਸਿੱਖ ਕਿਵੇਂ ਦੀ ਆਜ਼ਾਦੀ ਚਾਹੁੰਦੇ ਨੇ ਆਪਣੇ ਸਿਰਫ ਖਿੱਤੇ ਤੱਕ ਸੀਮਤ ਰਹਿਣਾ ਜਦਕਿ ਸਿੱਖ ਤਾਂ ਗਲੋਬਲ ਫੈਲੇ ਹੋਏ ਨੇ ਦੁਨੀਆਂ ਭਰ ਵਿੱਚ ਫੈਲੇ ਹੋਏ ਨੇ ਤੇ ਗੋਲਕਾਂ ਦੀ ਲੜਾਈ ਇਕੱਲੇ ਇੰਡੀਆ ਜਾਂ ਪੰਜਾਬ ਦੇ ਵਿੱਚ ਨਹੀਂ ਇਹ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਮੇਟੀਆਂ ਦੀ ਲੜਾਈ ਗੋਲਕਾਂ ਦੀ ਲੜਾਈ ਸੱਤਾ ਦੇ ਨਾਲ ਜਿਵੇਂ ਸਿੱਖਾਂ ਦੇ ਜਦੋਂ ਨਸਲੀ ਹਮਲੇ ਹੁੰਦੇ ਨੇ ਜਾਂ ਨਸਲੀ ਟਿੱਪਣੀਆਂ ਹੁੰਦੀਆਂ ਉਹ ਸਾਰਾ ਕੁਝ ਚੱਲਦਾ ਰਹਿੰਦਾ ਪਰ ਜਦੋਂ ਅਸੀਂ ਆਜ਼ਾਦੀ ਤੇ ਗੁਲਾਮੀ ਨੂੰ ਵੱਖੋ ਵੱਖਰੇ ਤੌਰ ਦੇ ਉੱਤੇ ਆਪਣੇ ਵੱਲੋਂ ਪ੍ਰਭਾਸ਼ਿਤ ਕਰਨ ਦੀ ਗੱਲ ਕਰਦੇ ਹਾਂ ਤਾਂ ਸਿੱਖ ਕਿਵੇਂ ਦੀ ਗੁਲਾਮੀ ਨਿਭਾ ਰਹੇ ਨੇ ਸਿੱਖ ਕਿਵੇਂ ਦੀ ਆਜ਼ਾਦੀ ਚ ਸੁਖਵਿੰਦਰ ਜੀ ਇਹ ਨਾ ਮਸਲਾ ਹੈਗਾ ਕਿ ਇਹਨੂੰ ਜਿਹੜੀ ਮੰਗ ਹੈ ਨਾ ਜਦੋਂ ਆਪਾਂ ਕਰਦੇ ਹਾਂ ਉਹ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਗੱਲ ਹੁੰਦੀ ਹੈ ਨਾ ਜੀ ਵੀ ਇਹ ਸਿੱਖ ਜਦੋਂ ਆਪਾਂ ਆਪਣੇ ਆਪ ਨੂੰ ਗੁਲਾਮੀ ਦੀ ਗੱਲ ਕਰਦੇ ਨੇ ਵੀ ਅਸੀਂ ਗੁਲਾਮ ਹੈ ਤੇ ਉਹ ਹੈਗਾ ਕਿ ਆਪਾਂ ਇਹਨੂੰ ਹਿਸਟੋਰੀਕਲ ਲੀਗੇਸੀ ਦੇ ਤੌਰ ਤੇ ਇੱਕ ਤੇ ਪੁਆਇੰਟ ਸਾਨੂੰ ਸਮਝਣ ਦੀ ਲੋੜ ਹੈ ਦੂਸਰਾ ਹੈਗਾ ਕਿ ਜੋ 1984 ਵਿੱਚ ਸਿੱਖਾਂ ਨਾਲ ਹੋਇਆ ਉਹਦੇ ਵਿੱਚੋਂ ਗੁੱਸੇ ਦੀ ਭਾਵਨਾ ਜਿਹੜੀ ਪ੍ਰਗਟ ਹੁੰਦੀ ਹੈ ਉਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਿਸ ਕਿਸਮ ਦੀ ਆਪਾਂ ਕਹੀਏ ਕਿ ਯਕੀਨ ਦਹਾਨੀ ਕੀਤੀ ਗਈ ਸੀਗੀ ਉਦੋਂ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਤੇ ਤੁਹਾਨੂੰ ਅਜਿਹਾ ਖਿੱਤਾ ਸਿੱਖਾਂ ਨੂੰ ਦਿੱਤਾ ਜਾਏਗਾ ਜਿਹਦੇ ਵਿੱਚੋਂ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਉਹ ਹੁਣ ਇਸ ਕਿਸਮ ਦੀ ਯਕੀਨ ਦਹਾਨੀ ਇੱਕ ਤੇ ਸੀ ਜਦੋਂ ਆਪਣੀ ਦੇਸ਼ ਆਜ਼ਾਦ ਨਹੀਂ ਹੋਇਆ ਤੇ ਜਦੋਂ ਮੂਵਮੈਂਟ ਚੱਲਦੀ ਸੀ ਆਜ਼ਾਦੀ ਦੀ ਉਹਦੇ ਵਿੱਚ ਪਾਰਟੀਸਪੇਸ਼ਨ ਸਾਡੀ ਇਸ ਤਰ੍ਹਾਂ ਦੀ ਸੀ ਇਸ ਆਸ ਨਾਲ ਸੀ ਕਿ ਆਜ਼ਾਦ ਦੇਸ਼ ਹੋਏਗਾ
और ओदे विच असी भी आजादी का निग माण सकांगे, यानी कि यह खिता जिन्हों आपां कहीए पंजाब का खिता खास करके, तो यानी कि असी तवक्को यह करते सी कि सानू कोई स्पैशल स्टेटस दिता जाए, कि इस तरह की आस सी। एक तो यह हैगी है कि जो आजादी की लहर दे विच यकीन दहानी और उस तो बाद जिस तरह का वर्तारा होया उदों तो ही सिख मना विच एक भावना सी, भारू सोच सी कि असी ठगे गए, साढ़े नाल न्याय नहीं होया। एक तो दूजी गल जिहड़ी होई वह आपां नूं पता ही है सुखविंदर जी कि 84 हो गया फिर दिल्ली दे विच जो कतलो गालत हुई उन्हें सिखां दे मना विच बहुत गुस्सा पैदा किया और गुस्से दे विचों एक गल निकली। तुसीं देखो कि जिन्नियां पुस्तकां आईयां अपनी लिखियां हुईयां जिहड़ियां इह खालिस्तान मूवमेंट बारे, उन्हां दे विच भारू गल इही है कि खालिस्तान की मंग आजाद पंजाब की मंग जिहड़ी हैगी है उहदा आधार जिस तरह पहला अर्ज की थी, एक तो हिस्टोरिकल लीगेसी का और दूसरा यह सी इमीजिएट फौरी कारण यह सी कि जो साढ़े नाल 84 वापर गई असी कदे आस नहीं सी कर सकते साढ़े पवित्र मुकदस स्थान के उपर साढ़े ही देश दी फौजा चढ़ पाउणगी, सो वह हजम ही नहीं हुई सिख मान साहब कदे हजम नहीं हुई। तो उहदे विचों जिन्नियां भी पुस्तकां आईयां खालिस्तान की लहर नूं समझण दे विच उहदे विचों मुख गल यही निकल के आउंदी है कि यह जिहड़ी लहर उठी ये बदला लैण की लहर सीगी, तो ये बदले विचों गुस्से विचों ये मंग निकली खालिस्तान की। जिहड़ा सवाल तुसीं उठा रहे हो ना जी सुखविंदर जी, वह हैगा कि भाई वह कित्थे होएगा, उहदी रूपरेखा की होएगी, उहदी साडी इकोनमी की होएगी, उहदा साडा भविख की होए, ते राजनीतिक बणतर की होएगी, ये सारिया गल्लां दे बारे अजे तक किसी भी जिहड़ी खालिस्तानी धिर ने निठ के विस्तार सहित कितें गल नहीं कीती। उहदे बारे टिप्पणियां जरूर हैगियां, वह कितें महाराजा रणजीत सिंह दे राज दा हवाला दिता जांदा कि ओहो जिहा राज ओह होएगा, कितें यह कीता जांदा है कि जो इतिहासिक पिछोकड़ साडा है, जो साडा खालसा विरासत है, वह खालसा किसी नाल धाका नहीं करदा, वह बिल्कुल थियोक्रैटिक स्टेट नहीं होएगी, वह बिल्कुल सर्ब सांझा राज होएगा। इहो जिहियां टिप्पणियां एक्सप्लेनेशन ते जरूर मिल जांदियां, पर उहदा जियोग्राफिकल रीजन की होएगा उहदे बारे कोई जिन्हों आपां कहीए कि कोई निश्चित रूप विच एवें हिंट जे जरूर कई सज्जणां ने दित्ते ने, पर उहदे बारे कोई सहमति नहीं है किसे किस्म दी कि वह किस किस्म का होएगा, उहदा निज़ाम किस किस्म का होएगा, उहदी वी आर्थिकता किस किस्म की होएगी, उहदे विच जिहड़ी है स्टेट पॉलिसी की होएगी, यह सारा विस्तार जिहड़ा है ना वह सुखविंदर जी अजे है नहीं, क्योंकि यह प्रोजेक्ट जिहड़ा खालिस्तान का है अजे तक भी यह भावनात्मक पद्धर से गुस्से की भावना विचों निकलिया होया, हिस्टोरीकली ठगे हुए होने की भावना विचों निकलिया होया है। उहदे बारे पॉजिटिव जिसनों कही कि नैरेटिव सिरजना वह अजे तर निठ के इन्हां धिरां वल्लों अजे उहदी रूपरेखा तैयार नहीं हुई हुई, आपां नूं यह प्रवान कर लेना चाहिए। जिहड़ा तुसीं प्रश्न कर रहे हो उहदे कई पक्ष हो गए ना जी, मतलब एक पक्ष ते आपां कह रहे भी क्यों आपां मंग कर रहे हैं, सिख क्यों ये करदे, अक्सर क्यों हुंदा है, ये है ना आंसर सिख समाज दे विच हैगा और उस सिख समाज दे विच आंसर हैगा, वह आपां नूं विशावे नहीं कर सकते, ये सोच वाले लोग हन जिहड़े उहदा जिन्होंने कुर्बानियां भी कीतियां और हुण हो सकदा है कि वह उन्ने मजबूत ना होण, हुण हो सकदा है कि अंतरराष्ट्रीय पद्धर ते भी उहनां नूं कोई कोऑपरेशन मिलदी होवे, कुछ इत्थों दे आंसर होण, वह हैगा वह आपां नूं पता है, पर जे कहीए कि वह भारू धिर है और वह इस वेले सियासत नूं डिटरमिन करदे है, वह सच नहीं है सुखविंदर जी, बिल्कुल वह सच नहीं है। सो जिहड़ा तुहाडा प्रश्न सी जिन्नी कि मैनूं समझ है मेरे मुताबिक यह है कि वह खालिस्तान दे कंसैप्ट नूं अजे पूरी तरह उहदा पुण छाण करके उहदा खाका पूरी तरह अजे नहीं सिरजिया गया सुखविंदर जी, खाड़कू धिरां वल्लों
ਗੱਲਾਂ ਜ਼ਰੂਰ ਹੁੰਦੀਆਂ, ਪਰ ਉਹ ਕਿਸ ਕਿਸਮ ਦਾ ਖਾਲਿਸਤਾਨ ਹੋਏਗਾ ਔਰ ਕਿਸ ਢੰਗ ਨਾਲ ਪ੍ਰਾਪਤ ਅਸੀਂ ਕਰਨਾ ਹੈ ਉਹਦੇ ਬਾਰੇ ਕੋਈ ਯੋਜਨਾ ਬੰਦੀ ਉਹ ਨਜ਼ਰ ਨਹੀਂ ਆਉਂਦੀ। ਸਿਕੰਦਰ ਜੀ, ਸਿਕੰਦਰ ਡਾਕਟਰ ਸਾਹਿਬ, ਮੈਂ ਆਖਰੀ ਸਵਾਲ ਕਰਾਂਗਾ ਕਿ ਜਥੇਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਅਕਾਲੀ ਦਲ ਜਿਹੜੀ ਹੈ ਉਹ ਸਰਮਾਏਦਾਰਾਂ ਦੀ ਪਾਰਟੀ ਨਹੀਂ, ਇਹ ਕਿਸਾਨਾਂ ਦੀ ਪਾਰਟੀ ਹੈ, ਮਜ਼ਦੂਰਾਂ ਦੀ ਪਾਰਟੀ ਹੈ, ਉਸ ਪਾਸੇ ਵੱਲ ਨੂੰ ਤੁਰਨਾ ਪੈਣਾ। ਸਰਮਾਏਦਾਰਾਂ ਤੋਂ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੌਣ ਸਰਮਾਏਦਾਰ ਅਕਾਲੀ ਦਲ ਦੇ ਵਿੱਚ? ਬਾਦਲ ਪਰਿਵਾਰ, ਮਜੀਠੀਆ ਪਰਿਵਾਰ, ਕੈਰੋਂ ਪਰਿਵਾਰ ਜਾਂ ਹੋਰ ਕਿਹੜੇ ਸਰਮਾਏਦਾਰ ਨੇ ਜਿਨ੍ਹਾਂ ਨੇ ਅੱਗੇ ਆ ਕੇ ਅਕਾਲੀ ਦਲ ਨੂੰ ਇੱਥੋਂ ਤੱਕ ਪਹੁੰਚਾਇਆ ਆ? ਕੀ ਜਥੇਦਾਰ ਸਾਹਿਬ ਉਹ ਜਵਾਬਦੇਹੀ ਤੈਅ ਕਰਕੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਜਾਂ ਉਹਨਾਂ ਤੇ ਕੋਈ ਕਾਰਵਾਈ ਕਰਨਗੇ? ਜਦੋਂ ਡੇਰਾ ਸਿਰਸੇ ਦੀ ਗੱਲ ਆਉਂਦੀ ਹੈ, ਰਾਮ ਰਹੀਮ ਦੇ ਮਸਲੇ ਦੀ ਗੱਲ ਆਉਂਦੀ ਹੈ, ਬੇਅਦਬੀਆਂ ਦੀ ਗੱਲ ਆਉਂਦੀ ਹੈ, ਪੰਥਕ ਸਰਕਾਰ ਦੇ ਕਾਰਜਕਾਲ ਦੀ ਗੱਲ ਆਉਂਦੀ ਹੈ, ਸਿੱਖ ਮਸਲਿਆਂ ਦੀ ਗੱਲ ਆਉਂਦੀ ਹੈ, ਕੇਂਦਰ ਤੱਕ ਨਾ ਚੁੱਕੇ ਗਏ ਜਿਹੜੇ ਮਸਲੇ ਨੇ ਜਾਂ ਉਹਨਾਂ ਨੂੰ ਲੈ ਕੇ ਜਿਵੇਂ ਕਹਿੰਦੇ ਕਿ ਦੋਹਰੀ ਨੀਤੀ ਅਪਣਾਉਣ ਦੀ ਗੱਲ ਆਉਂਦੀ ਹੈ, ਇਹ ਸਾਰੇ ਉਹਦੇ ਵਿੱਚ ਸਵਾਲ ਨੇ ਕਿ ਤੁਸੀਂ ਅੱਜ ਸਰਮਾਏਦਾਰਾਂ ਦੀ ਗੱਲ ਕਰਦੇ ਹੋ, ਤੁਸੀਂ ਉਸ ਪਾਸੇ ਵੱਲ ਤੁਰਨ ਨੂੰ ਹੁਣ ਕਿੰਨਾ ਕੁ ਸਮਾਂ ਹੋਰ ਲਾਉਣਾ ਆ ਤੇ ਉਹਦੇ ਲਈ ਐਕਸ਼ਨ ਪਲਾਨ ਕੀ ਹੋਏਗਾ? ਕਿਵੇਂ ਲੋਕਾਂ ਨੂੰ ਦੱਸੋਗੇ ਕਿ ਕਿਹੜੇ ਸਰਮਾਏਦਾਰ ਸੀ ਜਿਨ੍ਹਾਂ ਨੂੰ ਅਸੀਂ ਕੱਢ ਕੇ ਅਕਾਲੀ ਦਲ ਚੋਂ ਬਾਹਰ ਸੁੱਕਿਆ? ਸੁਖਵਿੰਦਰ ਜੀ, ਇਹ ਜਿਹੜੀ ਜਥੇਦਾਰ ਸਾਹਿਬ ਦੀ ਸਟੇਟਮੈਂਟ ਹੈ ਨਾ ਜੀ, ਇਹਦੇ ਇਹ ਇੱਕ ਤਰੀਕੇ ਨਾਲ ਇਹ ਅਕਾਲੀ ਦਲ ਵਾਲੀ ਲੀਡਰ ਜਿਹੜੀ ਪ੍ਰੈਜੈਂਟ ਲੀਡਰਸ਼ਿਪ ਹੈ ਨਾ, ਉਹਨਾਂ ਨੂੰ ਸੁਝਾਅ ਹੈ ਵੀ ਜੇ ਤੁਸੀਂ ਆਪਣੇ ਆਪ ਨੂੰ ਮੁੜ ਸਥਾਪਿਤ ਕਰਨਾ ਹੈ ਤੇ ਤੁਹਾਨੂੰ ਇਹੋ ਜਿਹਾ ਪੈਂਤੜਾ ਲੈਣਾ ਪੈਣਾ। ਤੁਹਾਨੂੰ ਆਪਣੇ ਵਿੱਚ ਜਿਹੜੀ ਜਨ ਸਧਾਰਨ ਕਿਸਾਨ ਹੈ ਔਰ ਮਜ਼ਦੂਰ ਹੈ, ਕਿਰਤੀ ਹੈ, ਉਹਨਾਂ ਨਾਲ ਜੁੜਨਾ ਪੈਣਾ, ਕਿਉਂਕਿ ਇਹ ਹੀ ਆਧਾਰ ਸੀ ਅਕਾਲੀ ਦਲ ਦਾ ਜਦੋਂ ਇਹਦੀ ਚੜ੍ਹਤ ਹੋਈ, ਜਦੋਂ ਇਹਦੀ ਸਥਾਪਨਾ ਹੋਈ, ਫਿਰ ਇਹਦੀ ਚੜ੍ਹਤ ਹੋਈ ਤਾਂ ਉਦੋਂ ਇਹਨਾਂ ਹੀ ਦੋ ਮੁੱਖ ਵਰਗਾਂ ਨੇ, ਇਹਨਾਂ ਨੇ ਆਧਾਰ ਪ੍ਰੋਵਾਈਡ ਕੀਤਾ ਸੀ ਅਕਾਲੀ ਦਲ ਦਾ। ਔਰ ਉਹ ਇਹਨੇ ਵੀ ਜਥੇਦਾਰ ਸਾਹਿਬ ਸੁਝਾਅ ਦੇ ਰਹੇ ਅਕਾਲੀ ਲੀਡਰਸ਼ਿਪ ਨੂੰ ਕਿ ਭਾਈ ਜੇ ਤੁਸੀਂ ਪੁਨਰ ਸਥਾਪਤੀ ਕਰਨੀ ਹੈ ਤਾਂ ਤੁਹਾਨੂੰ ਮੁੜ ਕੇ ਆਪਣਾ ਉਹ ਪੈਂਤੜਾ ਅਡੋਪਟ ਕਰਨਾ ਪੈਣਾ ਹੈ ਜਦੋਂ ਅਕਾਲੀ ਦਲ ਦੀ ਚੜ੍ਹਤ ਹੋਈ ਔਰ ਸਥਾਪਨਾ ਹੋਈ ਸੀ। ਇਸ ਵੇਲੇ ਦੀ ਸਥਿਤੀ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸੁਖਵਿੰਦਰ ਜੀ, ਸੱਚ ਤੇ ਇਹੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਜਿਹੜੀ ਤੁਸੀਂ ਲੈ ਲਓ, ਉਹਦੇ ਵਿੱਚ ਜਗੀਰੂ ਤੇ ਅਮੀਰ ਜਿਸਦੀ ਜਿਹੜੀ ਹੈ ਨਾ, ਉਹ ਲੋਕ ਉਹ ਕਾਬਜ਼ ਨੇ। ਤੁਸੀਂ ਕੋਈ ਲੀਡਰਸ਼ਿਪ ਤੁਸੀਂ ਲੈ ਲਓ, ਇਹ ਆਪ ਵਾਲਿਆਂ ਨੂੰ ਹੁਣ ਛੱਡ ਦਿਓ ਕਿਉਂਕਿ ਹੁਣੇ ਆਏ ਆ ਇਹ, ਤੇ ਇਹ ਆਪਾਂ ਨੂੰ ਇਹ ਸਥਾਪਿਤ ਰਾਜਨੀਤਿਕ ਵਰਤਾਰਾ ਨਹੀਂ ਹੈ। ਜਦੋਂ ਸਥਾਪਿਤ ਹੋਣਗੇ ਉਦੋਂ ਆਪਾਂ ਦੇਖਾਂਗੇ ਇਹਨਾਂ ਦਾ ਕੀ ਹੁੰਦਾ, ਅਜੇ ਤੇ ਐਡਹੋਕ ਜਿਹਾ ਇਹਨਾਂ ਦਾ ਸਿਸਟਮ ਚੱਲ ਰਿਹਾ, ਜਦੋਂ ਇਹਨਾਂ ਦਾ ਪਾਰਟੀ ਸਟਰਕਚਰ ਬਣੇਗਾ ਲੰਬੇ ਸਮੇਂ ਉਦੋਂ ਆਪਾਂ ਦੇਖਾਂਗੇ। ਆਪਣੇ ਸਾਹਮਣੇ ਜਿਹੜੇ ਹੈਗੇ ਆ ਮੁੱਖ, ਇਹ ਦੋ ਹੀ ਸੀ ਨਾ, ਕਾਂਗਰਸ ਔਰ ਅਕਾਲੀ, ਇਹਨਾਂ ਦੋਨਾਂ ਹੀ ਪਾਰਟੀਆਂ ਦੇ ਵਿੱਚ ਅਮੀਰ ਤੇ ਜਗੀਰੂ ਅੰਸਰ ਜਿਹੜੇ ਹੈ ਉਹ ਭਾਰੀ ਹੈ, ਔਰ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਜਗੀਰੂ ਅੰਸਰ ਜਿਹੜਾ ਹੈ ਉਹ ਜ਼ਿਆਦਾ ਭਾਰੂ ਰਿਹਾ, ਜਿਹਦੇ ਕਰਕੇ ਆਮ ਸਿੱਖ ਜਿਹੜਾ ਹੈ ਉਹ ਹਾਸ਼ੀਏ ਤੇ ਚਲਾ ਗਿਆ, ਉਹਦੀ ਉਸਰਾਂ ਦੀ ਸਥਾਨ ਅਕਾਲੀ ਦਲ ਵਿੱਚ ਨਹੀਂ ਹੈ ਜਿਸ ਕਿਸਮ ਦਾ ਜ਼ਿਕਰ ਜਥੇਦਾਰ ਸਾਹਿਬ ਕਰ ਰਹੇ ਆ। ਸੋ ਸੱਚ ਇਹੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਵੇਲੇ ਅਮੀਰ ਵਰਗਾਂ ਦੀ, ਜਗੀਰੂ ਵਰਗਾਂ ਦਾ ਕੰਟਰੋਲ ਹੈ ਅਕਾਲੀ ਦਲ ਦੇ ਉੱਪਰ, ਜਨ ਸਧਾਰਨ ਸਿੱਖ ਜਿਹੜਾ ਆਮ ਵਰਕਰ ਹੈ, ਕਿਰਤੀ ਹੈ, ਉਹਦਾ ਕੋਈ ਸਥਾਨ ਹੈ ਨਹੀਂ ਗਾ ਇਸ ਜਥੇਬੰਦੀ ਦੇ ਵਿੱਚ। ਉਹ ਬਿਲਕੁਲ ਉਹ ਜਿਹਨੂੰ ਕਹੋ ਕਿ ਹਾਸ਼ੀਏ ਤੇ ਹੈਗਾ, ਉਹ ਲੀਡਰਸ਼ਿਪ ਦੀ ਜਿਹਨੂੰ ਕਹੋ ਕਿ ਖੁਸ਼ਨੂਦੀ ਹਾਸਲ ਕਰਕੇ ਚਲੋ ਉਹਨੂੰ ਕੋਈ ਨਾ ਕੋਈ ਮਾੜੀ ਮੋਟੀ ਪਦਵੀ ਦੇ ਦਿੱਤੀ ਜਾਂਦੀ ਹੈ, ਪਰ ਜੇ ਕਹੋ ਕਿ ਉਹ ਡਿਸੀਜਨ ਮੇਕਿੰਗ 'ਚ ਹੋਵੇ ਜਾਂ ਕੋਈ ਉਹਦਾ ਰੋਲ ਹੋਵੇ, ਉਹ ਬਿਲਕੁਲ ਨਹੀਂ ਹੈ। ਉਹ ਕੇਂਦਰੀ ਲੀਡਰਸ਼ਿਪ ਬਿਲਕੁਲ ਜਗੀਰੂ ਹੱਥਾਂ ਦੇ ਵਿੱਚ ਹੈਗੀ ਹੈ, ਔਰ ਇਹ ਜਿਹੜਾ ਸੁਝਾਅ ਜਥੇਦਾਰ ਸਾਹਿਬ ਦਾ ਹੈ ਉਹ ਬਿਲਕੁਲ ਇਹੀ ਹੈ ਭਾਈ, ਤੁਸੀਂ ਮੁੜ ਕੇ ਆਪਣੀਆਂ ਰਵਾਇਤਾਂ ਵੱਲ ਨੂੰ ਆਓਗੇ ਤੇ ਤੁਸੀਂ ਸਰਵਾਈਵ ਕਰ ਸਕੋਗੇ, ਨਹੀਂ ਤੇ ਤੁਹਾਡਾ ਸਰਵਾਈਵਲ ਦੇ ਚਾਂਸ ਹੈ ਨਹੀਂ, ਤੁਸੀਂ ਆਈਸੋਲੇਟਡ ਰਹੋਗੇ, ਸਿੱਖ ਸਮਾਜ ਦੇ ਵਿੱਚ ਤੁਹਾਡਾ ਉਹ ਸਥਾਨ ਨਹੀਂ ਬਣਨਾ। ਜਿਹੜੀ ਗੱਲ ਤੁਸੀਂ ਤਵੱਕੋ ਕਰ ਰਹੇ ਹੋ ਜਥੇਦਾਰ ਸਾਹਿਬ ਤੋਂ ਕਿ ਉਹ ਭਲਾ ਇਹਨਾਂ ਨੂੰ ਹੀ ਬੁਲਾ ਕੇ ਪੁੱਛਣ ਵੀ ਜੋ ਤੁਹਾਡੀ ਕਾਰਗੁਜ਼ਾਰੀ ਹੈ ਅਕਾਲੀ ਲੀਡਰਸ਼ਿਪ ਦੀ ਤੇ ਇਹਨਾਂ ਦੀ ਜਵਾਬਦੇਹੀ ਸਥਾਪਿਤ ਕਰਨ, ਇਹ ਤੁਸੀਂ ਪਰਹੈਪਸ ਪ੍ਰੈਜੈਂਟ ਰਿਜੀਮ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਜਥੇਦਾਰ ਸਾਹਿਬ ਤੋਂ ਲੋੜ ਨਾਲੋਂ ਜ਼ਿਆਦਾ
आस रख रहे हो सुखविंदर जी, इन्नी आस सानू होने वाले रजीम नू ध्यान विच रखदे हुए और जथेदार साहब की स्थिति नू ध्यान विच रखदे हुए यह तवक्को करनी शायद मैनू लगता है कि शायद उचित भी नहीं है, ये नहीं करनी चाहिए, ये संभव नहीं है। असी अगे भी मैं कितने जिक्र कर रहा सी शायद पिछे जी अमृतसर एक प्रोग्राम सी कि अक्सर असी अकाली फूला सिंह दे नाल तुलना करते हैं जथेदार साहब की, आप आस है ना साडे दा रोल मॉडल आप मानते हैं भी ओह जिहा रोल होना चाहिए जिहड़ा महाराजा रणजीत सिंह नूं इमली दे रुख नाल बन लैंदा ते कोरड़िआं दा आर्डर कर लैंदा। ਉਹ ਭਾਈ ਕਿੱਥੇ ਫੂਲਾ ਸਿੰਘ, ਸੁਤੰਤਰ ਅਕਾਲੀ ਫੂਲਾ ਸਿੰਘ, ਉਹਦੇ ਨਾਲ 2,500 ਘੋੜ ਸਵਾਰ ਹਰ ਵੇਲੇ ਤਿਆਰ ਰਹਿੰਦੇ, ਉਹ ਸੁਤੰਤਰ ਸੀਗੇ, ਉਹ ਕਿਸੇ ਦੇ ਅਧੀਨ ਥੋੜੇ ਸੀਗੇ, ਇਸ ਤਰ੍ਹਾਂ ਥਾਪੇ ਹੋਏ ਥੋੜੇ ਸੀ। ਸੋ ਇਹ ਤੁਲਨਾ ਜਿਹੜੀ ਕਰਨੀ, ਇਸ ਤਰ੍ਹਾਂ ਦੀ ਤਵੱਕੋ ਕਰਨੀ, ਸਾਡੀ ਇੱਛਾ ਇਹ ਹੈ ਕਿ ਜਥੇਦਾਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ, ਪਰ ਜਦੋਂ ਇਹੋ ਜਿਹੇ ਤਰ੍ਹਾਂ ਦੇ ਹੋਣੇ ਚਾਹੀਦੇ ਹੈ ਤੇ ਫਿਰ ਉਹਨਾਂ ਦੀ ਚੋਣ, ਉਹਨਾਂ ਦੀ ਸਥਾਪਤੀ, ਉਹਨਾਂ ਦਾ ਸਟੇਟਸ ਕਿਹੋ ਜਿਹਾ ਹੋਵੇ, ਉਹਦੇ ਲਈ ਕੀ ਬੰਨ ਨੂੰ ਬੰਨਣ ਦੀ ਲੋੜ ਹੈ, ਕਿਸ ਕਿਸਮ ਦੇ ਪ੍ਰਬੰਧ ਕਰਨ ਦੀ ਲੋੜ ਹੈ, ਕਿਹੋ ਜਿਹਾ ਨਵਾਂ ਪ੍ਰਬੰਧ ਸਿਰਜਣ ਦੀ ਲੋੜ ਹੈ, ਇਹ ਪ੍ਰੈਜੈਂਟ ਰਜੀਮ 'ਚ ਇਸ ਤਰ੍ਹਾਂ ਦੀ ਤਵੱਕੋ ਸੁਖਵਿੰਦਰ ਜੀ ਕਰਨੀ ਮੈਨੂੰ ਲੱਗਦਾ ਸ਼ਾਇਦ ਇਹਦਾ ਕੋਈ ਅਸਰ ਨਹੀਂ ਹੋਏਗਾ। ਜੀ ਸੁਖਵਿੰਦਰ ਜੀ ਬਿਲਕੁਲ, ਪਰ ਇੱਥੇ ਤਾਂ ਕਨਸੂਆਂ ਇਹ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਜਕਾਰੀ ਜਥੇਦਾਰ ਸਾਹਿਬ ਦੀ ਥਾਂ ਤੇ ਨਵਾਂ ਜਥੇਦਾਰ ਜਿਹੜਾ ਮਤਲਬ ਕਿ ਹੋਏਗਾ, ਉਹਦੀ ਚੋਣ ਦੀਆਂ ਤਿਆਰੀਆਂ ਜਾਂ ਅੰਦਰ ਖਾਤੇ ਚੱਲ ਰਹੀਆਂ ਨੇ, ਸਿਲੈਕਸ਼ਨਸ ਜਿਵੇਂ ਪਹਿਲਾਂ ਵੀ ਪਿਛਲੇ ਸਾਲ ਵੀ ਹੁੰਦੇ, ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਜਥੇਦਾਰ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ। ਪਰ ਫਿਰ ਉੱਥੇ ਸਵਾਲ ਖੜੇ ਹੋਣਗੇ ਕਿ ਜਿਹੜਾ ਨਵਾਂ ਜਥੇਦਾਰ ਲਾਉਣਾ ਹੈ ਉਹਦੀ ਚੋਣ ਜਿਹੜੀ ਹੈ, ਉਹਦੀ ਨਿਯੁਕਤੀ ਕਿਸ ਢੰਗ ਦੇ ਨਾਲ ਕੀਤੀ ਜਾਣੀ ਹੈ, ਲਿਫਾਫਾ ਕਲਚਰ ਬੰਦ ਹੋਇਆ ਕਿ ਨਹੀਂ ਹੋਇਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਜੇ ਮੰਗ ਕੀਤੀ ਜਾਊਗੀ ਤਾਂ ਉਸ ਚੋਣ ਦੀ ਪ੍ਰਕਿਰਿਆ ਕਿੱਦਾਂ ਦੀ ਹੋਏਗੀ, ਕਿਉਂਕਿ ਉਹ ਵੀ ਸਾਰਾ ਕੁਝ ਸੈਂਟਰ ਦੇ ਹੱਥ ਹੈ। ਇਹ ਬਹੁਤ ਸਵਾਲ ਨੇ ਜਿਹੜੇ ਇਹਦੇ ਇਰਦ ਗਿਰਦ ਨੇ, ਇਹਦੇ ਉੱਤੇ ਕੋਈ ਵੱਖਰੇ ਤੌਰ ਦੇ ਉੱਤੇ ਕਿਤੇ ਪ੍ਰੋਗਰਾਮ ਕਰਾਂਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ 'ਤੇ ਫੋਲੋ ਕਰੋ, ਮੈਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਸ਼ੁਕਰੀਆ, ਧੰਨਵਾਦ ਤੁਹਾਡਾ, ਧੰਨਵਾਦ ਜੀ।